ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ। ਆਪਾਂ ਬਾਈ ਜੀ ਕੁਛ ਦਿਨ ਪਹਿਲਾਂ ਨਾ ਇੱਕ ਵੀਡੀਓ ਪਾਈ ਸੀਗੀ 28-66 ਝੋਨੇ 'ਤੇ, ਅਤੇ ਉਹਦੇ 'ਚ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ 1.5 ਕਿੱਲਾ ਇੱਕ ਅਲੱਗ ਲਾਇਆ ਗਾ, ਉਹਦੀ ਵੀ ਵੀਡੀਓ ਪਾਵਾਂਗੇ, ਜਿਹਨੂੰ ਇੱਕ ਪਾਣੀ ਵੀ ਗਿਣਤੀ ਦਾ ਇੱਕ ਵੀ ਨਹਿਰ ਦਾ ਨਹੀਂ ਲੱਗਿਆ, ਇਕੱਲੇ ਟਿਊਬਵੈੱਲ ਦੇ ਪਾਣੀ 'ਤੇ। ਟਿਊਬਵੈੱਲ ਦਾ ਪਾਣੀ ਵੀ 2.5 ਨੰਬਰ, ਅਤੇ ਇਕੱਲੇ ਟਿਊਬਵੈੱਲ ਦੇ ਪਾਣੀ 'ਤੇ ਖਾਦ ਖੁਰਾਕ ਉਹ ਵੀ ਪਾਈ ਆ ਜਿਹੜੀ ਦੂਜੇ ਝੋਨੇ ਨੂੰ ਆਪਾਂ ਪਾਈ ਆ, ਜਿਵੇਂ ਅੱਗੇ ਵੀ ਆਪਾਂ ਦੱਸਿਆ ਪੋਟਾਸ਼, ਯੂਰੀਆ, DAP, DAP ਨਹੀਂ ਸੁਪਰ ਅਤੇ ਜ਼ਿੰਕ, ਉਹ ਵੀ ਖਾਦ ਖੁਰਾਕ ਪਾਈ ਹੈ। ਇੰਨਾ ਕੁ ਸੋਹਣਾ ਝੋਨਾ ਹੈ, ਇੰਨਾ ਕੁ ਵਧੀਆ ਮਨ ਖੁਸ਼ ਹੁੰਦਾ ਦੇਖ ਕੇ ਵੀ ਨਹਿਰ ਦਾ ਪਾਣੀ ਇੱਕ ਨਹੀਂ ਲੱਗਿਆ, ਇੰਨੀ ਵਧੀਆ ਗਰੋਥ ਅਤੇ ਇੰਨਾ ਵਧੀਆ ਰੰਗ ਝੋਨੇ ਦਾ ਮੈਂ ਨਹੀਂ ਦੇਖਿਆ ਕਿਸੇ ਦਾ। 28-66 ਪਾਈਨੀਅਰ ਦਾ, ਜਿਨ੍ਹਾਂ ਦਾ 28-67 ਆਉਂਦਾ ਉਹਨਾਂ ਦਾ 28-66। ਪਿਛਲੀ ਵਾਰੀ ਡੈਮੋ ਸੀ, ਜਿਵੇਂ ਆਪਾਂ ਉਦੋਂ ਵੀ ਦੱਸਿਆ, ਇਸ ਵਾਰ ਕੁਛ ਦੁਕਾਨਾਂ 'ਤੇ ਇਹਦਾ ਬੀਜ ਆਇਆ ਸੀਗਾ ਤਾਂ ਆਪਾਂ ਵੀ ਲਾਇਆ, ਤਾਂ ਆਪਾਂ ਤਜਰਬਾ ਕਰਦੇ ਹੀ ਰਹਿੰਦੇ ਹਾਂ ਤਜਰਬੇ 'ਤੇ, ਜਿਹੜਾ ਤਜਰਬਾ ਚੰਗਾ ਹੋਵੇ ਉਹ ਹੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹੁੰਦੇ ਹਾਂ, ਤਾਂ ਕਿ ਅੱਗੇ ਵਾਸਤੇ ਅਗਲੇ ਸਾਲ ਵਾਸਤੇ ਆਪਾਂ ਨੂੰ ਸੌਖੀ ਚੋਣ ਕਰਨੀ ਹੋਵੇ ਵੀ ਆਪਾਂ ਕਿਹੜੀ ਵਰਾਇਟੀ ਲਾਈਏ, ਕਿਹੜੇ ਪਾਣੀ 'ਤੇ ਕਿਹੜੀ ਵਰਾਇਟੀ ਲਾਈਏ, ਚੋਣ ਕਰਨੀ ਸੌਖੀ ਹੋ ਜਾਂਦੀ ਹੈ। ਨਹੀਂ ਤਾਂ ਪਤਾ ਨਹੀਂ ਲੱਗਦਾ, ਕਈ ਵਾਰੀ ਦੁਕਾਨ 'ਤੇ ਜਾ ਕੇ ਆਪਾਂ ਐਂ ਹੋ ਜਾਂਦੇ ਯਾਰ ਕਿਹੜਾ ਲਾਈਏ ਯਾਰ, ਜਾਂ ਪੁੱਛੀ ਜਾਂਦੇ ਯਾਰ ਕਿਹੜਾ ਲਾਈਏ, ਤਾਂ ਜਿਹੜਾ ਇੱਕ ਤਾਂ ਆਪਾਂ ਇਹ ਦੇਖਣਾ ਵੀ ਆਪਣੇ ਏਰੀਏ ਨੂੰ ਕਿਹੜਾ ਮੰਨਦਾ, ਜਿਵੇਂ ਸਾਡਾ ਮਲੋਟ ਏਰੀਆ ਸਾਡੇ 28-67 ਬਹੁਤ ਕਾਮਯਾਬ ਰਿਹਾ, ਹੁਣ ਇਸ ਵਾਰ ਪਹਿਲੀ ਵਾਰੀ 28-66 ਲਾਇਆ, ਇਹਦਾ ਹੁਣ ਇੱਥੇ ਵੱਢਣ ਤੱਕ ਪਤਾ ਲੱਗੂ, ਇੱਕ ਵਾਰੀ ਬਹੁਤ ਚੰਗਾ। ਤਾਂ ਇੱਕ ਤਾਂ ਆਪਾਂ ਇਹ ਵੇਖਣਾ ਵੀ ਆਪਣੇ ਏਰੀਆ 'ਚ ਕਿਹੜਾ ਚੰਗਾ, ਇੱਕ ਆਪਾਂ ਇਹ ਦੇਖਣਾ ਵੀ ਕਿੰਨੇ ਨੰਬਰ ਪਾਣੀ 'ਚ ਕਿਹੜਾ ਵਧੀਆ ਹੁੰਦਾ, ਜਿਵੇਂ 28-66 ਦਾ ਮੈਂ ਤੁਹਾਨੂੰ ਅੱਜ ਦੱਸਦਾ ਵੀ 2.5 ਨੰਬਰ, 2.5 ਤੋਂ 3 ਨੰਬਰ ਪਾਣੀ 'ਚ ਇੱਕ ਪਾਣੀ ਵੀ ਇਹਨੂੰ ਨਹਿਰ ਦਾ ਨਹੀਂ ਲੱਗਿਆ, 2.5 ਤੋਂ 3 ਨੰਬਰ ਪਾਣੀ 'ਚ ਅਮਾਰੀ ਕੈਮਰਾ, ਆ 1.5 ਨੰਬਰ, ਸੋਰੀ 1.5 ਕਿੱਲਾ ਵਾਹਣ ਹੈ ਇਹ, ਅਤੇ 2.5 ਤੋਂ 3 ਨੰਬਰ ਪਾਣੀ 'ਚ ਇੱਕ ਪਾਣੀ ਵੀ ਨਹਿਰ ਦਾ ਨਹੀਂ ਲੱਗਿਆ, ਅਤੇ ਝੋਨੇ ਦਾ ਰੰਗ ਦੇਖੋ ਤੁਸੀਂ ਕਿੰਨਾ ਸੋਹਣਾ ਰੰਗ ਹੈ। ਇਹ ਝੋਨਾ ਆਪਣਾ ਲੱਗਿਆ ਹੈਗਾ ਜੁਲਾਈ ਦਾ, ਮਤਲਬ ਮੇਰਾ ਖਿਆਲ 26-27 ਜੁਲਾਈ ਦੇ ਆਸ ਪਾਸ ਜੇ ਲੱਗਿਆ, ਮਹੀਨੇ ਦੇ ਨੇੜੇ ਤੇੜੇ ਜੇ, ਮਹੀਨੇ ਤੋਂ ਘੱਟ ਹੀ ਹੋਊਗਾ ਕੋਈ 2 ਦਿਨ, ਅਤੇ ਝੋਨੇ ਦਾ ਰੰਗ ਵੰਨ ਤੁਸੀਂ ਦੇਖੋ ਵੀ ਕਿੰਨਾ ਸੋਹਣਾ, ਕਿੰਨੀ ਸੋਹਣੀ ਗਰੋਥ ਕਰੀ ਹੈ, ਪੱਤੇ ਇੱਕ ਪਾਣੀ ਨਹਿਰ ਦਾ ਨਹੀਂ ਲੱਗਿਆ, 2.5-3 ਨੰਬਰ ਪਾਣੀ 'ਚ ਖੜ੍ਹਾ, ਅਤੇ ਪੱਤੇ ਚੈੱਕ ਕਰੋ ਤੁਸੀਂ ਵੀ ਜਿਵੇਂ 1 ਨੰਬਰ ਪਾਣੀ 'ਚ ਖੜ੍ਹਾ ਹੁੰਦਾ, ਐਂ ਖੜ੍ਹਾ, ਇੰਨੀ ਸੋਹਣੀ ਵਰਾਇਟੀ ਹੈ, ਮਨ ਖੁਸ਼ ਹੁੰਦਾ ਮਤਲਬ ਦੇਖ ਕੇ। ਕੋਈ ਇਹਨੂੰ ਗਰੋਥ ਪ੍ਰਮੋਟਰ ਨਹੀਂ ਪਾਇਆ, ਐਕਸਟਰਾ ਕੋਈ ਚੀਜ਼ ਨਹੀਂ ਪਾਈ ਵੀ ਇਕੱਲੇ ਟਿਊਬਵੈੱਲ ਦੇ ਪਾਣੀ 'ਤੇ, ਇਹਨੂੰ ਨਹਿਰ ਦਾ ਪਾਣੀ ਵਾਰੀ ਆਉਂਦੀ ਆ, ਆਪਾਂ ਲਾ ਸਕਦੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ, ਨਹਿਰ ਦਾ ਪਾਣੀ ਨਹੀਂ ਲਾ ਸਕਦੇ, ਛੱਡ ਐਂ ਰੱਖਿਆ ਵੀ ਬੋਰ ਦੇ ਪਾਣੀ 'ਤੇ ਕੀ ਝਾੜ ਦਿੰਦਾ, ਇਕੱਲੇ ਬੋਰ ਦੇ ਪਾਣੀ 'ਤੇ 2.5 ਤੋਂ 3 ਨੰਬਰ ਪਾਣੀ 'ਚ, ਤਾਂ ਆਪਾਂ ਵੱਢਣ ਵੇਲੇ ਵੀ ਇਹਦੀ ਵੀਡੀਓ ਪਾਵਾਂਗੇ ਵੀ ਇਹ ਪੂਰਾ 1.5 ਕਿੱਲਾ ਵਾਹਣ ਹੈ ਵੀ ਇਹ ਕਿੰਨਾ ਝਾੜ ਦਿੰਦਾ ਟਿਊਬਵੈੱਲ ਦੇ ਪਾਣੀ 'ਤੇ। ਬਾਰਿਸ਼ ਜਿਹੜੀ ਗੱਲ ਹੋਈ, ਜਿਹੜੀ ਬਾਰਿਸ਼ ਹੋਈ ਆ ਉਹ ਗੱਲ ਵੱਖਰੀ ਆ, ਜਿਵੇਂ ਹੁਣ ਪਰਸੋਂ ਵੀ ਇੱਕ ਬਾਰਿਸ਼ ਹੋਈ ਹੈ, ਉਦੋਂ ਪਹਿਲਾਂ ਇੱਕ ਬਾਰਿਸ਼ ਹੋ ਗਈ ਸੀ, ਪਹਿਲਾਂ ਵਾਲੀ ਤਾਂ ਬਾਰਿਸ਼ ਛੋਟੀ ਸੀ, ਪਰਸੋਂ ਵਾਲੀ ਇੱਥੇ ਕਾਫੀ ਬਾਰਿਸ਼ ਹੋ ਗਈ, ਉਹ ਗੱਲ ਵੱਖਰੀ ਆ, ਪਰ ਅਸੀਂ ਨਹਿਰ ਦਾ ਪਾਣੀ ਨਹੀਂ ਇਹਨੂੰ ਲਾਇਆ ਗਾ ਅਤੇ ਲਾਉਣਾ ਵੀ ਨਹੀਂ ਗਾ, ਇਹਨੂੰ ਦੇਖਣਾ ਵੀ ਕਿੰਨਾ ਨਿਕਲਦਾ ਇਹ 2.5-3 ਨੰਬਰ ਪਾਣੀ 'ਚ, ਤਾਂ ਵੱਢ ਕੇ ਵੀ ਆਪਾਂ ਇਹਦੀ ਵੀਡੀਓ ਪਾਵਾਂਗੇ ਵੀ ਕਿੰਨਾ ਨਿਕਲਦਾ, ਅਤੇ ਆਹ ਤੁਹਾਨੂੰ ਦੱਸਤਾ ਵੀ ਇਸ ਤਰੀਕ ਦਾ ਲੱਗਿਆ, ਜਿਹੜਾ ਕੁਛ ਪਾਇਆ ਦੂਜੇ ਝੋਨੇ 'ਚ ਉਹੀ ਇਹਦੇ 'ਚ ਪਾਇਆ ਹੈਗਾ, ਪਰ ਅੱਜ ਤੱਕ ਬਹੁਤ ਚੰਗਾ ਜਿੰਨਾ ਵੀ ਕਹਿ ਦੇਗੇ, ਨਾਲ 28-67 ਖੜ੍ਹਾ, ਮਾਰੀ ਉੱਧਰ ਮਾੜੀ ਮਾਰੀ ਕੈਮਰਾ, ਉਹਦਾ ਰੰਗ ਦੇਖੋ ਅਤੇ ਇਹਦਾ ਰੰਗ ਵੇਖੋ, ਇੱਕੋ ਹੀ ਪਲਾਟ ਹੈ, ਇੱਕੋ ਪਲਾਟ ਹੈ ਉਹਦਾ, ਅਤੇ ਇਹਦੇ ਰੰਗ ਦਾ ਫਰਕ ਦੇਖੋ, ਮਤਲਬ ਇਹਦਾ ਰੰਗ ਉਸ ਤੋਂ ਵਧੀਆ ਹੈ, ਆਹ ਦੇਖੋ ਇਹਦਾ ਰੰਗ ਨਾ, ਇਹਦਾ ਰੰਗ ਐਂ ਕਾਲਾ ਸ਼ਾਹ, ਅਤੇ ਕੋਈ ਪੱਤਾ ਨਹੀਂ ਪੀਲਾ, ਕੋਈ ਜੰਗਾਲਿਆ ਨਹੀਂ ਪੱਤਾ, ਇਹਦਾ ਉਸ ਤੋਂ ਵਧੀਆ ਹੈ, ਤਾਂ ਸਾਨੂੰ ਤਾਂ ਅੱਜ ਤੱਕ ਤਾਂ ਬਹੁਤ ਚੰਗਾ ਲੱਗਿਆ, ਜੇ ਵੱਢਣ 'ਚ ਝਾੜ 'ਚ ਉਹਦੇ ਬਰਾਬਰ ਵੀ ਰਹਿੰਦਾ ਤਾਂ ਅਗਲੇ ਸਾਲ ਕੋਸ਼ਿਸ਼ ਕਰਾਂਗੇ ਵੀ ਸਾਰਾ
ਇਹੀ ਲਾਵਾਂਗੇ, ਕਿਉਂਕਿ ਇੱਕ ਤਾਂ ਇਹਦਾ 28-67 ਨਾਲੋਂ ਕੱਦ ਘੱਟ ਹੈ, ਇੱਕ 15 ਕੁ ਦਿਨ ਘੱਟ ਲੈਂਦਾ, ਜਿਵੇਂ ਉਹ 140-145 ਦਿਨ ਲੈ ਜਾਂਦਾ, ਇਹ 130 ਕੁ ਦਿਨ, 25-30 ਦਿਨ, 25-30 ਦਿਨ, 125-30 ਦਿਨ ਲੈਂਦਾ ਪਨੀਰੀ ਤੋਂ ਵੱਢਣ ਤੱਕ, ਉਹਦੇ ਤੋਂ 15-20 ਦਿਨ ਘੱਟ ਲੈਂਦਾ, 1.5 ਫੁੱਟ ਉਹਦੇ ਨਾਲੋਂ ਕੱਦ ਘੱਟ ਹੈ, ਜਿਵੇਂ ਉਹਦਾ ਕੱਦ ਤਾਂ ਹੋ ਜਾਂਦਾ 5.5-5 ਫੁੱਟ। ਹੁਣ ਜਿਵੇਂ ਵੀਡੀਓ 'ਚ ਮੈਨੂੰ ਰੋਜ਼ ਹੀ ਗੱਲਬਾਤ ਹੁੰਦੀ ਰਹਿੰਦੀ ਹੈ, ਬਾਈ ਯਾਰ ਕੱਦ ਹੀ ਬੜਾ ਕਰਦਾ ਜਾਂਦਾ, ਕੱਦ ਤਾਂ 28-65 ਇਵੇਂ ਹੀ ਕਰਦਾ। ਇੱਕ ਮੇਰਾ ਵੀਰਾਂ ਦਾ, ਮੈਂ ਯਾਰ 3 ਬੋਰੀਆਂ ਪਾ ਦੀਆਂ, ਹੁਣ ਰੁਕਦਾ ਨਹੀਂ, ਮੈਂ ਪਹਿਲਾਂ ਘੱਟੋ ਘੱਟ ਕਿੰਨੇ ਵਾਰੀ ਵੀਡੀਓ ਪਾਈਆਂ ਵੀ ਉਹਨੂੰ 3 ਬੋਰੀਆਂ ਨਹੀਂ ਪਾਉਣੀਆਂ, ਜੇ ਮਾੜਾ ਵੀ ਪਾਣੀ ਆ ਤਾਂ ਆਪਾਂ 2 ਬੋਰੀਆਂ ਬਹੁਤ ਆ, ਵੱਧ ਤੋਂ ਵੱਧ 2.5 ਤੋਂ ਤਾਂ ਆਪਾਂ ਜਾਣਾ ਹੀ ਨਹੀਂ 28-67 ਨੂੰ, 3 ਪਾ ਦੀਆਂ ਤਾਂ ਵਧੂਗਾ ਹੀ ਵਧੂਗਾ। ਸੋ ਇਹਦੇ 'ਚ ਆਪਾਂ, ਮੈਨੂੰ ਲੱਗਦਾ ਵੀ 3 ਬੋਰੀਆਂ ਵੀ ਪਾ ਸਕਦੇ ਹਾਂ, ਜਿਵੇਂ ਜਿਹੜੇ ਹਿਸਾਬ ਨਾਲ ਇਹਦਾ ਕੱਦ ਰਹੂਗਾ, ਜੇ ਪਾਸੇ ਨੂੰ ਥੋੜ੍ਹਾ ਵੱਧ ਫੈਲਦਾ, ਉੱਪਰ ਨੂੰ ਘੱਟ ਵੱਧਦਾ, ਬਹੁਤ ਹੀ ਸੋਹਣੀ ਵਰਾਇਟੀ ਆ 28-66। ਬਾਕੀ ਵੱਢਣ ਵੇਲੇ ਵੀ ਦੱਸਾਂਗੇ ਜਾਂ ਅੱਗੇ ਇਹਨੂੰ ਕੀ ਪ੍ਰੋਬਲਮ ਆਉਂਦੀ ਹੈ ਜਾਂ ਕੀ ਹੈ, ਕਿਵੇਂ ਬਿਮਾਰੀ ਬਿਮੂਰੀ ਇਹਨੂੰ ਵੱਧ ਘੱਟ ਪੈਂਦੀ ਹੈ, ਸਾਰੀ ਇਹਦੀ ਡਿਟੇਲ ਦੇਵਾਂਗੇ। ਇੰਨੀ ਕੁ ਜਾਣਕਾਰੀ ਸੀ 28-66 ਬਾਰੇ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ। ਸਤਿ ਸ਼੍ਰੀ ਅਕਾਲ, ਧੰਨਵਾਦ ਸਾਰਿਆਂ ਦਾ ਜੀ।